ਦੋ ਨਸਲਾਂ ਇਸ ਪਿੱਛੇ ਗੁਜ਼ਰ ਚੁੱਕੀਆਂ ਨੇ ਇਸ ਸ਼ੋਬੇ ਦੇ ਵਿੱਚ, ਔਰ ਮਾਸ਼ਾ ਅੱਲਾਹ ਤੀਸਰੀ ਨਸਲ ਮੇਰੀ ਜਾ ਰਹੀ ਹੈ। ਮੇਰੇ ਬੱਚੇ ਵੀ ਢੋਲ ਛੋਲ ਵੀ ਪਲੇ ਕਰਦੇ ਨੇ, ਮੈਂ ਖੁਦ ਸ਼ਹਿਨਾਈ ਵਜਾਉਂਦਾ। ਸ਼ਹਿਨਾਈ ਬਰੇ ਸਗੀਰ ਕਾ ਇੱਕ ਐਸਾ ਸਾਜ਼ ਜੋ ਕਿ ਲੋਗੋਂ ਕੀ ਖੁਸ਼ੀਓਂ ਮੇਂ ਖੁਸ਼ੀਓਂ ਕੇ ਰੰਗ ਭਰ ਦੇਤੀ ਹੈ। ਪੰਜਾਬ ਕੀ ਇਹ ਸਕਾਫਤ ਔਰ ਇਸਕੋ ਅਭੀ ਤੱਕ ਇਸ ਸਕਾਫਤ ਕੋ ਜ਼ਿੰਦਾ ਕੀਏ ਹੋਏ ਹੈ ਮੁਹੰਮਦ ਸ਼ਹਿਬਾਜ਼, ਕਿ ਜੋ ਕਮੋਬੇਸ਼ 30 ਸਾਲ ਸੇ ਸ਼ਹਿਨਾਈ ਬਜਾ ਰਹੇ ਹੈ। ਇਹ ਇੰਸਟਰੂਮੈਂਟ ਕੀ ਤਾਰੀਖ ਕਿਆ ਹੈ ਔਰ ਆਜ ਕੀ ਨਿਊ ਜਨਰੇਸ਼ਨ ਨਈ ਨਸਲ ਆਪਣੇ ਆਪਣੇ ਖੁਸ਼ੀਓਂ ਕੇ ਮੌਕੇ ਪਰ ਇਸਕੋ ਕਿਤਨਾ ਪਸੰਦ ਕਰਤੀ ਹੈ, ਇਹ ਜਾਣੇਂਗੇ ਸ਼ਹਿਬਾਜ਼ ਅਹਿਮਦ ਸੇ। ਚਲੀਏ ਮੇਰੇ ਸਾਥ। ਮੇਰਾ ਨਾਂ ਸ਼ਹਿਬਾਜ਼ ਅਹਿਮਦ ਹੈ, ਮੈਂ 38 ਸਾਲ ਤੋਂ ਸ਼ਹਿਨਾਈ ਦੇ ਸ਼ੋਬੇ ਨਾਲ ਮੁਨਸਲਿਕ ਹਾਂ। ਔਰ ਇਹ ਸ਼ਹਿਨਾਈ ਨੂੰ ਬਜ਼ੁਰਗਾਂ ਨੇ, ਪੁਰਾਣੇ ਬਜ਼ੁਰਗਾਂ ਨੇ, ਲੋਕਾਂ ਨੇ ਬੜਾ ਪਸੰਦ ਕੀਤਾ। ਕੁਝ ਦੇਰ ਵਾਸਤੇ ਇਹ ਕਲੋਜ਼ ਹੋ ਗਿਆ, ਛੁੱਪ ਗਿਆ, ਲੇਕਿਨ ਇਹਨੂੰ ਅਸੀਂ ਸਾਹਮਣੇ ਫਿਰ ਲਿਆ ਰਹੇ ਹਾਂ। ਜਨਾਬ ਸਕਾਫਤ ਪੇਸ਼ ਕਰ ਰਹੇ ਹਾਂ, ਇਹਦੇ ਸਕਾਫਤੀ ਸਾਡਾ ਇੱਕ ਸਾਜ਼ ਹੈ। ਇਹਦੇ ਵਿੱਚ ਜਨਾਬ ਮੈਂ ਮੀਆਂ ਸਾਹਿਬ ਦਾ ਕਲਾਮ, ਹਜ਼ੂਰ ਦੀ ਨਾਤ ਪੇਸ਼ ਕਰ ਸਕਦੇ ਹਾਂ ਅਸੀਂ, ਸਾਰਾ ਜੋ ਵੀ ਹੈ ਅਸੀਂ ਇਨਸ਼ਾਅੱਲਾ ਪਲੇ ਕਰ ਸਕਦੇ ਹਾਂ। ਨਵੇਂ ਤੁਹਾਡੇ ਬੱਚੇ ਵਗੈਰਾ ਇਸ ਕੰਮ ਨੂੰ ਸਿੱਖ ਰਹੇ ਨੇ ਕਿ ਨਹੀਂ? ਜੀ ਨਹੀਂ, ਇਹਨੂੰ ਨਹੀਂ, ਕਿਉਂਕਿ ਇਹ ਬਜ਼ੁਰਗਾਂ ਨੇ ਇਹਨੂੰ ਸਿੱਖਿਆ, ਬਜ਼ੁਰਗਾਂ ਨੇ ਇਹਨੂੰ ਪਸੰਦ ਕੀਤਾ। ਜੀ ਢੋਲ ਅਸਕਾਫਤੀ ਸਾਡਾ ਢੋਲ ਸ਼ਹਿਨਾਈ ਟੋਟਾ, ਇਹਨੂੰ ਜ਼ਿਆਦਾ ਹੁਣ ਪਸੰਦ ਕਰਦੇ। ਡਿਸਕੋ ਵਗੈਰਾ ਜਿਹੜਾ ਉਹਨੂੰ ਲੋਕ ਹੁਣ ਤਰਜੀਹ ਨਹੀਂ ਦੇ ਰਹੇ, ਕਿਉਂਕਿ ਸਾਡੀ ਸਕਾਫਤ ਹੈ ਅਤੇ ਲੋਕਾਂ ਦੀ ਸਮਝ ਆ ਗਈ ਕਿ ਸਾਡੀ ਸਕਾਫਤ ਨੂੰ ਹੀ ਅੱਗੇ ਆਉਣਾ ਚਾਹੀਦਾ, ਪੰਜਾਬ ਨੂੰ ਅੱਗੇ ਆਉਣਾ ਚਾਹੀਦਾ, ਸਾਡਾ ਕਲਚਰ ਨੂੰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਅੱਗੇ ਮਜ਼ੀਦ ਲਿਆਈਏ। ਅਤੇ ਜਿਹੜਾ ਨਾ ਢੋਲ ਅਤੇ ਟੋਟਾ ਜਿਹਨੂੰ ਦੇਸੀ ਲਫਜ਼ਾਂ 'ਚ ਕਹਿੰਦੇ ਹਾਂ, ਜਿਸ ਘਰ ਦੇ ਵਿੱਚ ਇਹ ਵੜ ਜਾਏ ਸਮਝ ਲਓ ਉੱਥੇ ਅੱਜ ਸ਼ਾਦੀ ਹੈ। ਇਹ ਡਿਸਕੋ ਵਗੈਰਾ ਜਿਹੜਾ ਇਹਦੇ ਨਾਲ ਕੋਈ ਸਮਝ ਨਹੀਂ, ਪਤਾ ਨਹੀਂ ਸਮਝ ਲੱਗਦਾ ਕਿਸੇ ਡੈਕ ਲਾਏ ਹੈ ਜਾਂ ਕੋਈ ਉਂਝ ਆਏ ਹੈ। ਇਹ ਜਿਸ ਵੇਲੇ ਢੋਲ ਔਰ ਟੋਟਾ ਆ ਜਾਂਦੇ ਨੇ ਤਾਂ ਪਤਾ ਲੱਗ ਜਾਂਦਾ, ਇੱਕ ਮਾਹੌਲ ਬਣ ਜਾਂਦਾ, ਇੱਕ ਸਨਾਟਾ ਛਾ ਜਾਂਦਾ ਕਿ ਕੋਈ ਵਾਜੇ ਵਿਹੜੇ ਵਿੱਚ ਵੜ ਆਏ। ਅੱਜ ਬੱਚੇ ਮੇਰੇ ਢੋਲ ਪਲੇ ਕਰਦੇ ਨੇ, ਮਾਸ਼ਾਅੱਲਾ ਅੱਛਾ ਢੋਲ ਪਲੇ ਕਰਦੇ ਨੇ, ਉਹ ਵੀ ਮੇਰੇ ਇਸ ਸਕਾਫਤ ਦੇ ਪ੍ਰੋਗਰਾਮ ਨੂੰ ਅੱਗੇ ਵਧਣ ਦੇ ਵਿੱਚ ਉਹਨਾਂ ਦਾ ਵੀ ਪੂਰਾ ਹੱਥ ਹੈ ਔਰ ਲੋਕ ਪਸੰਦ ਵੀ ਕਰ ਰਹੇ ਨੇ ਸਕਾਫਤ ਨੂੰ। ਢੋਲਾਂ ਦੇ ਨਾਲ ਇਹਨੂੰ ਪੰਜਾਬੀ ਲਫਜ਼ਾਂ ਦੇ ਵਿੱਚ ਟੋਟਾ ਕਹਿੰਦੇ ਨੇ, ਸ਼ਹਿਨਾਈ ਤਾਂ ਚਲੋ ਉਰਦੂ ਲਫ਼ ਟੋਟੇ ਨੂੰ ਪਸੰਦ ਕਰਦੇ ਨੇ, ਨਾਲ ਢੋਲ ਪਸੰਦ ਕਰਦੇ ਨੇ, ਲਾਚਾ ਕੁੜਤਾ ਹੋ ਗਿਆ। ਇਹ ਬੜਾ ਅੱਛਾ ਇੱਕ ਪ੍ਰੋਗਰਾਮ ਸੈਟਅਪ ਬਣ ਜਾਂਦਾ, ਖਸੂਸਨ ਜੋ ਜਿਹੜੇ ਬਜ਼ੁਰਗ ਲੋਕ ਨੇ ਉਹ ਕਹਿੰਦੇ ਨੇ ਕਿ ਟੋਟਾ ਬਾਈ ਨਾਲ ਲਾਜ਼ਮੀ ਹੋਣਾ ਚਾਹੀਦਾ, ਮੀਆਂ ਸਾਹਿਬ ਦਾ ਕਲਾਮ, ਨਾਤ ਵਗੈਰਾ। ਇਹ ਹੀ ਕਹਾਂਗਾ ਕਿ ਇਹ ਡਿਸਕੋ ਨੂੰ ਥੋੜ੍ਹਾ ਜਿਹਾ ਸਾਈਡ 'ਤੇ ਕਰ ਦਿਓ, ਜਿਸ ਦਾ ਕੋਈ ਸਮਝ ਨਹੀਂ ਆਉਂਦੀ, ਡਿਸਕੋ ਦੌਰ ਨੂੰ ਥੋੜ੍ਹਾ ਜਿਹਾ ਪਿੱਛੇ ਲਿਆ ਕਰੋ, ਸਾਡਾ ਆਪਣਾ ਜਿਹੜਾ ਕਲਚਰ ਹੈ ਇਹਨੂੰ ਅੱਗੇ ਲਿਆਓ, ਇਹਨਾਂ ਸੁਣੋ ਜਿਹੜੀਆਂ ਚੀਜ਼ਾਂ ਸਮਝ ਆਉਣ ਵਾਲੀਆਂ ਨੇ, ਜਿਨ੍ਹਾਂ 'ਤੇ ਗੌਰ ਕਰਨ ਵਾਲੀ ਚੀਜ਼ ਹੈ, ਜਿਹੜੀਆਂ ਸਾਡੇ ਅਬਾਓ ਅਜਦਾਦ ਦਾ ਇੱਕ ਤੋਹਫਾ ਹੈ, ਇਹਨੂੰ ਅੱਗੇ ਲਿਆਓ। ਇਹ ਡਿਸਕੋ ਵਗੈਰਾ ਗਏ ਇਹ ਤਾਂ ਕੋਈ ਐਸਾ ਵੱਡਾ ਕੰਮ ਨਹੀਂ, ਨਾ ਕੋਈ ਸਮਝ ਆਉਣ ਵਾਲਾ ਕੰਮ ਹੈ, ਲਿਹਾਜ਼ਾ ਮੈਂ ਸਮਝਦਾ ਕਿ ਇਹ ਜਿਹੜਾ ਸਕਾਫਤੀ ਪ੍ਰੋਗਰਾਮ ਇਹਨੂੰ ਅੱਗੇ ਲਿਆਉਂਦਾ। ਸ਼ਹਿਨਾਈ ਮਾਸਟਰ ਸ਼ਹਿਬਾਜ਼ ਅਹਿਮਦ ਜੋ ਕਿ ਆਜ ਵੀ ਬਹੁਤ ਜ਼ਿਆਦਾ ਪੁਰ ਉਮੀਦ ਹੈ ਕਿ ਇੱਕ ਵਕਤ ਵੋ ਐਸਾ ਜ਼ਰੂਰ ਆਏਗਾ ਕਿ ਜਬ ਲੋਕ ਆਪਣੇ ਪੰਜਾਬ ਕੀ ਸਕਾਫਤ ਕੋ, ਪੰਜਾਬ ਕੇ ਰੰਗੋਂ ਕੋ ਪਸੰਦ ਕਰੇਂਗੇ ਔਰ ਆਪਣੀ ਖੁਸ਼ੀਓਂ ਮੇਂ ਸ਼ਹਿਨਾਈ ਜੈਸਾ ਇੰਸਟਰੂਮੈਂਟ ਜੋ ਹੈ ਉਸਕੋ ਲਾਜ਼ਮੀ ਵੋ ਬੁਲਾਏਂਗੇ ਔਰ ਇਸਸੇ ਆਪਣੀ ਖੁਸ਼ੀਓਂ ਕੋ ਦੁਬਾਲਾ ਕਰੇਂਗੇ। ਯੇ ਥੀ ਆਜ ਕੀ ਸਟੋਰੀ, ਅਬ ਤੱਕ ਕੇ ਲੀਏ ਇਤਨਾ ਹੀ। ਆਪਣੇ ਮੇਜ਼ਬਾਨ
इरफान अदरीस को दीजिए इजाज़त। देखते रहिए न्यूज़ अलर्ट गुजरात।